ਕੀ ਕਮੀ ਸੀ ਮੇਰੇ ਵਿੱਚ ਬੌਬੀ, ਜੋ ਤੂੰ ਮੈਨੂੰ ਛੱਡ ਕੇ ਕਿਸੇ ਹੋਰ ਨੂੰ ਅਪਣਾ ਲਿਆ? ਇੰਨਾ ਪਿਆਰ ਤੇ ਕਰਦੀ ਸੀ ਮੈਂ ਤੈਨੂੰ, ਕੀ ਕੁਛ ਨਹੀਂ ਕੀਤਾ ਮੈਂ ਤੇਰੇ ਲਈ, ਪਰ ਤੂੰ ਤੂੰ ਮੈਨੂੰ ਹੀ ਭੁਲਾ ਦਿੱਤਾ। ਦੀਦੀ ਤੁਸੀਂ ਕਦੋਂ ਆਏ? ਆਈ ਤਾਂ ਮੈਂ ਹੁਣੇ ਆ, ਪਰ ਮੈਂ ਤੈਨੂੰ ਡਿਸਟਰਬ ਤਾਂ ਨਹੀਂ ਕਰ ਰਹੀ ਨਾ? ਨਹੀਂ ਨਹੀਂ ਦੀਦੀ, ਜਮਾ ਵੀ ਨਹੀਂ, ਤੁਸੀਂ ਤਾਂ ਮੈਨੂੰ ਕਦੇ ਡਿਸਟਰਬ ਕਰ ਹੀ ਨਹੀਂ ਸਕਦੇ। ਅਸਲ ਵਿੱਚ ਨਾ ਮੈਂ ਮੈਡੀਟੇਸ਼ਨ ਕਰ ਰਹੀ ਸੀ। ਮੈਂ ਨਾ ਕਿਤੇ ਪੜ੍ਹਿਆ ਸੀ ਕਿ ਮੈਡੀਟੇਸ਼ਨ ਕਰਨ ਨਾਲ ਨਾ ਸਾਡੇ ਅੰਦਰ ਇੱਕ ਪੋਜ਼ਿਟਿਵ ਐਨਰਜੀ ਆ ਜਾਂਦੀ ਹੈ। ਆਖਿਰ ਮੈਂ ਬੱਚਾ ਜੰਮਣਾ ਤੇ ਪੋਜ਼ਿਟਿਵ ਐਨਰਜੀ ਤੇ ਚਾਹੀਦੀ ਹੈ ਨਾ। ਆਲੇ ਮੋਨਾ, ਸਾਡੇ ਵਿਚਕਾਰ ਹੋਏ ਐਗਰੀਮੈਂਟ ਦੇ ਹਿਸਾਬ ਨਾਲ ਇਹ 25% ਨੇ, ਤੇ ਜਿਵੇਂ ਜਿਵੇਂ ਐਗਰੀਮੈਂਟ ਵਿੱਚ ਲਿਖਿਆ ਹੋਇਆ ਹੈ, ਅਸੀਂ ਤੈਨੂੰ ਬਾਕੀ ਦੇ ਪੈਸੇ ਵੀ ਉਵੇਂ ਉਵੇਂ ਹੀ ਦੇ ਦਿਆ ਕਰਾਂਗੇ। ਰਿਲੈਕਸ ਮੋਨਾ, ਹਲੇ ਤਾਂ ਤੇਰੇ ਕੋਲ ਪੈਸੇ ਆਉਣੇ ਸ਼ੁਰੂ ਹੋਏ ਨੇ। ਤੂੰ ਵੇਖੀ, ਕੈਨੇਡਾ ਜਾ ਕੇ ਤੂੰ ਇਸ ਤੋਂ ਵੀ ਵੱਧ ਪੈਸੇ ਕਮਾਉਣੇ ਆ। ਮੈਂ ਜਾਣਦੀ ਹਾਂ ਤੂੰ ਨਾ ਬੜੀ ਕਾਬਿਲ ਕੁੜੀ ਹੈ ਤੇ ਜ਼ਿੰਦਗੀ ਵਿੱਚ ਕੁਛ ਵੱਡਾ ਕਰਨ ਲਈ ਜੰਮੀ ਹੈ। ਨਾਲੇ ਮੈਂ ਵੀ ਮਾਤਾ ਰਾਣੀ ਦੇ ਸਾਹਮਣੇ ਅਰਦਾਸ ਕਰਾਂਗੀ ਕਿ ਜਿਵੇਂ ਤੂੰ ਮੇਰੇ ਤੇ ਕਰਨ ਜੀ ਦੇ ਸੁਪਨੇ ਪੂਰੇ ਕਰ ਰਹੀ ਹੈ ਨਾ, ਉਵੇਂ ਹੀ ਮਾਤਾ ਰਾਣੀ ਤੇਰੇ ਸਾਰੇ ਸੁਪਨੇ ਪੂਰੇ ਕਰੇ। ਵੇਖ ਮੋਨਾ, ਭਲੇ ਸਾਡੇ ਵਿਚਕਾਰ ਐਗਰੀਮੈਂਟ ਹੋਇਆ, ਪਰ ਅਸੀਂ ਤੈਨੂੰ ਆਪਣਾ ਸਮਝਦੇ ਹਾਂ। ਮੈਂ ਤੇ ਕਰਨ ਜੀ ਤੇਰੀ ਸਿਹਤ ਦਾ ਪੂਰਾ ਖਿਆਲ ਰੱਖ ਰਹੇ ਤਾਂ ਕਿ ਤੂੰ ਸਾਨੂੰ ਇੱਕ ਹੈਲਦੀ ਬੱਚਾ ਜੰਮ ਕੇ ਦੇ ਸਕੇ। ਦੀਦੀ ਸੱਚੀ ਤੁਸੀਂ ਬੜੇ ਚੰਗੇ ਇਨਸਾਨ ਹੋ, ਤੁਸੀਂ ਆਪਣੀ ਹਰ ਕਹੀ ਗੱਲ ਪੂਰੀ ਕਰ ਰਹੇ ਹੋ। ਮੈਂ ਵੀ ਨਾ ਤੁਹਾਨੂੰ ਵਾਅਦਾ ਕਰਦੀ ਹਾਂ ਕਿ ਮੈਂ ਨਾ ਤੁਹਾਨੂੰ ਇੱਕ ਹੈਲਦੀ ਤੇ ਪਿਆਰਾ ਜਿਹਾ ਬੱਚਾ ਦੇਵਾਂਗੀ। ਫਟੇਹਾਲ ਜੀ ਜ਼ਿੰਦਗੀ ਖਤਮ, ਸਭ ਕੁਛ ਬਦਲ ਦਿਆਂਗੀ ਮੈਂ। ਹੁਣ ਮੈਨੂੰ ਅਹਿਸਾਸ ਹੋ ਰਿਹਾ ਕਿ ਇਹ ਪਿਆਰ ਵਿਆਰ ਦੇ ਚੱਕਰਾਂ ਤੋਂ ਬਿਨਾਂ ਨਾ ਜ਼ਿੰਦਗੀ ਵਿੱਚ ਜ਼ਿਆਦਾ ਸਕੂਨ ਹੈ। ਪੈਸੇ ਨਾਲ ਨਾ ਟੁੱਟੇ ਦਿਲ ਵੀ ਜੁੜ ਜਾਂਦੇ ਨੇ। ਛੁਟਕੂ, ਤੂੰ ਕੰਧ ਵੱਲ ਕੀ ਵੇਖ ਰਹੀ ਹੈ? ਮੈਂ ਤਸਵੀਰ ਕੰਧ ਤੇ ਲਾਣੀ ਹੈ, ਕੀ ਮੈਂ ਲਾ ਸਕਦੀ ਹਾਂ? ਲਾ ਲਿਆ ਪੁੱਤੇ, ਪਰ ਵਿਖਾ ਤਾਂ ਸਹੀ ਤੂੰ ਬਣਾਇਆ ਕੀ ਹੈ। ਛੁਟਕੂ, ਇਹ ਤਾਂ ਉਹੀ ਤਸਵੀਰ ਹੈ ਨਾ ਜਿਹੜੀ ਤੇਰੇ ਬਾਬੂ ਜੀ ਦੇ ਘਰ ਕੰਧ ਤੇ ਬਣੀ ਹੋਈ ਸੀ, ਉਹ ਵੀ ਤੂੰ ਹੀ ਬਣਾਈ ਸੀ ਨਾ? ਆ ਵੇਖੋ, ਇਹ ਮੇਰੀ ਮਾਂ ਦੀ ਫੋਟੋ ਹੈ। ਹਾਂਜੀ ਸੁਪਰ ਆਂਟੀ, ਇਹ ਮੇਰੀ ਮਾਂ ਦੀ ਡਰਾਇੰਗ ਹੈ। ਮੈਂ ਉਹਨਾਂ ਨੂੰ ਵੇਖਿਆ ਤਾਂ ਨਹੀਂ, ਪਰ ਮੈਨੂੰ ਲੱਗਦਾ ਉਹ ਇਹੋ ਜਿਹੀ ਹੀ ਦੇਖਣਗੇ। ਮੈਨੂੰ ਉਹਨਾਂ ਦੀ ਬੜੀ ਯਾਦ ਆਉਂਦੀ ਹੈ ਸੁਪਰ ਆਂਟੀ। ਮੇਰਾ ਤਾਂ ਉਹਨਾਂ ਨੂੰ ਮਿਲਣ ਦਾ ਬੜਾ ਜੀ ਕਰਦਾ ਹੈ, ਪਰ ਉਹ ਮੈਨੂੰ ਮਿਲਦੇ ਹੀ ਨਹੀਂ, ਤੇ ਇਸ ਕਰਕੇ ਮੈਂ ਉਹਨਾਂ ਦੀ ਡਰਾਇੰਗ ਬਣਾਉਂਦੀ ਹਾਂ। ਮੈਂ ਇੱਕ ਗੱਲ ਦੱਸਾਂ ਸੁਪਰ ਆਂਟੀ, ਮੇਰੀ ਮਾਂ ਸਭ ਤੋਂ ਸੋਹਣੀ ਹੋਏਗੀ, ਉਹ ਬੜੇ ਪਿਆਰ ਨਾਲ ਗੱਲ ਕਰੇਗੀ, ਨਾਲੇ ਕੋਈ ਆਵਾਜ਼ ਬੜੀ ਮਿੱਠੀ ਹੋਏਗੀ। ਜਦ ਵੀ ਉਹ ਮੈਨੂੰ ਆਪਣੀ ਗੋਦ ਵਿੱਚ ਲੇਗੀ ਤਾਂ ਉਹਦੇ ਹਰ ਦੁੱਖ ਦੂਰ ਹੋ ਜਾਣਗੇ।
एक गल दस छटकू, तू ये तस्वीर बनाउंदी क्यों है? देखो सुपर आंटी, जो मैं कोई मुश्किल विच होनी हां, जो मैं माता रानी नूं अपनी मुश्किल दसदी हां, जो माता रानी मेरे सवालों दा जवाब देंदी है ना, ओह ये फोटो मेरी मुश्किल नूं दूर कर देंदी है। तां तेरी ये मां दी तस्वीर तेरे नाल गल करदी है पुत्तर? हां सुपर आंटी, क्योंकि मैं लगता जिवें मेरी मां मेरे कोल ही है, वो मेरा ख्याल रख रही है। जदों मैनूं मिलेगी तां मैं ओदी फोटो खिंच के इस फोटो दी थां लगा दांगी। मैं उन्हां नूं बस लब लवां। तू पक्का उन्हां नूं लब लेना है पुत्ते? पर एक गल कहा, मैनूं लगता है कि जदों तक तेरी मां नहीं मिलदी ना, तैनूं अपनी जिंदगी बारे सोचना चाहिए। पर किवें सुपर आंटी? मैनूं लगता है कि तैनूं अपनी पढ़ाई शुरू कर देनी चाहिए। सोच, जदों तेरी मां मिलेगी तो उन्हां नूं यह पता चलूगा कि तू तो पढ़ाई नहीं की, तो उन्हें कितना बुरा लगेगा ना। पढ़ाई क्यों करा? स्कूल तो बाबू जी दे कर दे नेड़े सी ना, हुन तो कितनी दूर है। तू एक काम कर, तू ना नूर नाल पढ़ाई शुरू कर दे। सच्ची सुपर आंटी, मैंने वैसे पढ़ाई बड़ी चंगी लगती है। नूर, हुन मैं तेरे नाल पढ़ाई करिया करेंगी, सुपर आंटी ने किया। फिर तो अपा थोड़ी देर विच अपना सारा होमवर्क कंप्लीट कर लिया करेंगे। मैं एक काम करती हूँ, तेरी इस तस्वीर नूं ना कमर विच ला देंगी। हे माता रानी, छुटकू दे मन दी मुराद पूरी कर दे, इनू इहदी मां नाल मिलवा दे। सुन, इस सारा सामान इकट्ठा करके बेच दे। ठीक है मैडम जी, हो जाएगा थोड़ा काम। छेती तो छेती हो जाना चाहिए काम। हाँ जी मैडम। कमाल है, एदे तां रंग टंग ही बदले पए ने। रेडी मार्केट चो कपड़े लैके पाउण वाली अज मॉल चो शॉपिंग करके आई है। सच्ची वड्डा हत्थ मारिया लगदा कोई। तेरे हिम्मत किवें होई इत्थे आण दी? चले जा इत्थों। मोना मोना, मैं तेरे सारे ड्रामे जानदी हां, इस करके खड़ा हो ते दफा हो जा इत्थों। गलती होगी मोना, मेरे कोल बहुत बड़ी गलती होगी मोना। सच्ची मैं बहुत पछता रहा तेरे वर्गी कुड़ी छड़ के। सच्ची मोना। ओ जाओ ए, जे तू पछतांदा हुंदा ना ते उस पूतनी नाल ना अपनी प्रोफाइल फोटो ना लांदा। हाँ हाँ, मैं लाई सी प्रोफाइल फोटो दे नाल अपनी, पर पता क्यों? तेनू जलान लई। ओ मेरी कुछ भी नहीं लगती, मेरी जिंदगी विच तेरी थां ते होर कोई कुड़ी नहीं लै सकदी मोना। मैं सच्ची बहुत प्यार किया तेनू, ते करता रहांगा, पर मैनू सौ लगे मोना। मैं इत्थे तेनू फोर्स करन नहीं आया, मैनू पता है मैं जो किया उहदे लई तू मैनू माफ भी नहीं करेंगी, पर मैं की करा जे मैं अज इत्थे ना होंदा ते मैनू पूरी जिंदगी अफसोस रहना सी कि जो मैं किया उहदे लई मैं तेरे को एक माफी मैनू मंगण आया। मेरी जिंदगी दी सब तो वड्डी खुशी सी तू मोना, जिहनू मैं गवाता। सच्ची ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਮੋਨਾ। ਖੈਰ ਮੈਂ ਮਾਫੀ ਮੰਗ ਲਈ ਤੇ ਮੈਂ ਜਾ ਰਿਹਾ। ਬੌਬੀ, ਜੇ ਹੁਣ ਤੂੰ ਮੈਨੂੰ ਛੱਡ ਕੇ ਗਿਆ ਨਾ, ਮੈਂ ਛੱਡੂੰਗੀ ਨਹੀਂ ਤੈਨੂੰ। ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਬੇਬੀ। ਸੱਚੀ ਮੈਨੂੰ ਉਮੀਦ ਵੀ ਨਹੀਂ ਸੀ ਕਿ ਤੂੰ ਮੈਨੂੰ ਮਾਫ ਕਰ ਦੇਂਗੀ ਮੋਨਾ। ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ ਮੋਨਾ। दो दिन तो कुछ खादा नहीं ना, इस करके ढिड पीड़ हो रहा है। पर तू खादा क्यों नहीं कुछ? पैसे नहीं सी ना यार, पर तू चिंता ना कर, मैं कुछ ना कुछ कर लांगा। चल मैं तेनू कुछ खानू खरीद दिनी है। ओ
मैं जानती हाँ यह बड़ा फुकर है, यह सारी जिंदगी मेरी केयर नहीं कर सकता, पर की करा दिल दे हथों मजबूर हाँ, आखिर प्यार जो करनी है इनू इन्ना। हेलो मैडम, कितने सी तू आज? तेरा फोन भी नहीं लग रहा सी। पता नहीं ठीक नाल खादा पीता होया कि नहीं। दीदी आज ना मैं सारा दिन शॉपिंग ते शॉपिंग कीती है, आ वेखो नवे कपड़े, नवा बैग, नवे सैंडल, देखो ना किवें दी लग रही है मैं। वैसे एक गल तां मननी पएगी, बड़ी सोहनी लग रही है आज। चल बाकी गल्ला बाद च करांगे, पहले तू कुछ खा ले, मैं तेरे लिए कुछ लेके आऊंगी। वाह मेरी तो ऐश है, बैठे बिठाए नु खान नु मिल रहा है। ना यार तू तो चिंता ना कर, मैं कुछ ना कुछ कर लांगा। ओ मैडम केड़िया सोचा विच गवज गई हुण। दीदी मैनू एक गल दसो, तुहानू किवें पता चलदा है कि कोई बंदा तुहाडे लई सही है या गलत? ओ तां सानू आपे पता चल जांदा है, साडा दिल है ना ओ सब कुछ छेती पता लगा लैंदा है। एक गल दस मोना, कितने तू अपने बॉयफ्रेंड नाल वापस ता पैचअप नहीं कर लिया? जो तू कर लिया है ना वो तो बहुत ही स्टुपिड है मोना, सीरियसली तू ना वो तो बहुत बेटर मुंडा डिजर्व करती है। मैं एक गल सजेस्ट करती हूँ मोना, तू ना अपने पैसे थोड़े ध्यान नाल खर्च करा कर, एहो जे मुंडे होंदे है ना ये सिर्फ पैसे दे पिछे आंदे ने। दीदी मैं कोई पागल थोड़ी ना है जो उस फुकरे पिछे वापस चल जाऊंगी, वैसे भी ना वो पैसों का लालची मुंडा सी दीदी, चंगा ही होया जेड़ा मेरी जिंदगी तो चल गया। बिल्कुल सही, मैनू विश्वास है तेरी समझ ते कि तू गलत फैसला नहीं करेगी। चल हुण फटाफट रोटी खत्म कर ले। दीदी बस मैनू होर भुख नहीं है। दोबारा यह गल ना कही, मैनू समझ आ गई, जिन्ना हेल्दी खाएंगी ना उन्ना ही हेल्दी रहेंगी। खा जी। करण जी किवे हो तुसी? मैं बिल्कुल ठीक हाँ, तुसी दसो। हाँ करण जी मैं तुहानू दसना सी कि छुटकू है ना वो पापा जी नाल नहीं गई, वो साडे घर ही रहेगी। फिर ओही गल, मैं बिल्कुल ठीक हाँ, तुसी इन्नी भी चिंता ना करिया करो। वैसे करण जी तुसी तो मोना बारे पूछना ही भूल गए, वो साडा बच्चा जम रही है ओदे बारे भी पूछ लिया करो। हाँ मैं ओदा ते ओदे खान पीन दा पूरा ख्याल रख रही हूँ। माता रानी दी कृपा ते छेती साडी फैमिली ने पूरा हो जाना है करण जी, तुसी मैं ते साडा बच्चा। इक करण कितना केयरिंग इंसान है, बार बार फोन करके ओदा हाल चाल पुछता रहंदा है, इहदी इन्नी फिकर करदा है, ते दूजे पासे ओ बॉबी फुकरा मेरिया अखां दे सामने मेनू ही चीट करता, फिर रो रो के मेनू मना भी लिया। वो बांदर जा मेनू सच्चा प्यार क्यों नहीं करदा? पॉपुलर जिन्ना मर्जी कर लां इन्ने कदे नहीं बदलना, हमेशा फोन बिजी रहिंदा है, पता नहीं किदे नाल बकबक कर रहा होना है।
ਸਵੇਰੇ ਤੱਕ ਨਹੀਂ ਸੋਈ। ਤੈਨੂੰ ਨੀਂਦ ਨਹੀਂ ਆ ਰਹੀ, ਇਸ ਕਰਕੇ ਰੋਂਦੀ ਵੀ ਕਿਆ? ਤੇ ਫੇਰ ਮੇਰੇ ਕੋਲ ਇੱਕ ਆਈਡੀਆ, ਪਰ ਇਹ ਆਈਡੀਆ ਮੇਰਾ ਨਹੀਂ ਸੁਪਰ ਮੋਮ ਦਾ। ਜਦੋਂ ਮੈਨੂੰ ਨੀਂਦ ਨਹੀਂ ਆਉਣੀ ਸੀ ਤਾਂ ਉਹ ਵੀ ਐਵੇਂ ਹੀ ਕਰਦੇ ਸੀ। ਕੀ ਰੁਕ, ਹੁਣੇ ਦੱਸਦਾ। ਸਟੋਰੀ ਬੁੱਕ ਹੈ, ਤੂੰ ਆਰਾਮ ਨਾਲ ਲੈ, ਮੈਂ ਸ਼ੁਰੂ ਕਰਦਾ। ਵਾਂਸ ਅਪੋਨ ਅ ਟਾਈਮ, ਇੱਕ ਜੰਗਲ ਵਿੱਚ ਇੱਕ ਲੋਮੜੀ ਸੀ। ਉਹ ਇਧਰੋਂ ਕਿਧਰੋਂ ਉਸਦਾ ਖਾਣਾ ਲੱਭ ਕੇ ਖਾ ਲੈਂਦੀ ਸੀ। ਪਰ ਇੱਕ ਦਿਨ ਉਹ ਖਾਣਾ ਲੱਭਦੇ ਲੱਭਦੇ ਆਪਣੇ ਜੰਗਲ ਤੋਂ ਦੂਸਰੇ ਜੰਗਲ ਵਿੱਚ ਚੱਲ ਗਈ। ਫਿਰ ਉਸ ਨੂੰ ਆਪਣੇ ਜੰਗਲ ਦਾ ਰਾਸਤਾ ਭੁੱਲ ਗਈ। ਫਿਰ ਤੇ ਫਿਰ ਉੱਥੇ ਬਹੁਤ ਸਾਰੇ ਡੌਗਸ ਘੁੰਮ ਰਹੇ ਸੀ। ਉਹਨਾਂ ਨੇ ਲੋਮੜੀ ਨੂੰ ਵੇਖ ਲਿਆ, ਫਿਰ ਉਹਨਾਂ ਨੇ ਲੋਮੜੀ ਨੂੰ ਘੇਰ ਲਿਆ ਤੇ ਫਿਰ ਉਹ ਆਪਣੀ ਜਾਨ ਬਚਾਉਣ ਲਈ ਇੱਕ ਘਰ ਵਿੱਚ ਚਲੀ ਗਈ। ਤੇ ਫਿਰ ਗੁੱਡ ਨਾਈਟ ਛੁਟਕੂ, ਤੂੰ ਸੋਹਣੇ ਸੋਹਣੇ ਸੁਪਨੇ ਵੇਖ। ਕੀ ਹੋਇਆ ਨੂਰ ਨੂੰ ਸਿਮਰਨ? ਉਹ ਠੀਕ ਤਾਂ ਹੈ ਨਾ? ਤੂੰ ਮੈਨੂੰ ਦੱਸਦੀ ਕਿਉਂ? ਆਖਿਰ ਉਹ ਬੇਟਾ ਹੈ ਮੇਰਾ, ਮੈਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਹੈ ਨਾ। ਤੂੰ ਮੈਨੂੰ ਦੱਸ ਕੀ ਹੋਇਆ ਉਹਦੇ ਨਾਲ? ਮੈਂ ਆਪ ਨਹੀਂ ਜਾਣਦੀ ਗੁਰਵੀਰ, ਪਰ ਜਿਸ ਹਿਸਾਬ ਨਾਲ ਭਾਬੀ ਦਾ ਫੋਨ ਆਇਆ ਜ਼ਰੂਰ ਕੋਈ ਗੱਲ ਹੋਣੀ ਆ। ਮੈਂ ਜਾ ਕੇ ਦੇਖਦੀ ਹਾਂ, ਤੂੰ ਜਾ ਇੱਥੋਂ, ਤੂੰ ਪਲੀਜ਼ ਜਾ। ਮੈਂ ਕਿਵੇਂ ਚਲਾ ਜਾਵਾਂ ਮੈਂ ਇੱਥੋਂ? ਮੈਂ ਪਿਓ ਹਾਂ ਉਹਦਾ। ਬੇਟੇ ਨੂੰ ਕੁਝ ਹੋਵੇ ਤੇ ਪਿਓ ਨੂੰ ਫਰਕ ਵੀ ਨਾ ਪਵੇ ਤਾਂ ਕਿਵੇਂ ਹੋ ਸਕਦਾ ਸਿਮਰਨ? ਜੇ ਸੋਚ ਕੋਈ ਵੱਡੀ ਪ੍ਰੋਬਲਮ ਹੋਈ ਫਿਰ? ਮੈਂ ਡਾਕਟਰ ਹਾਂ ਸਿਮਰਨ, ਮੈਂ ਕੋਈ ਹੈਲਪ ਕਰ ਸਕਦਾ ਉਹਦੀ। ਦੇਖ ਗੁਰਵੀਰ, ਮੈਂ ਆਪ ਚਾਹੁੰਦੀ ਕਿ ਮੈਂ ਤੁਹਾਨੂੰ ਇਸ ਵੇਲੇ ਅੰਦਰ ਲੈ ਕੇ ਜਾਵਾਂ, ਪਰ ਮੈਂ ਹੁਣ ਇੱਦਾਂ ਨਹੀਂ ਕਰ ਸਕਦੀ। ਜੇ ਭੂਆ ਜੀ ਨੇ ਸਾਨੂੰ ਦੋਨਾਂ ਨੂੰ ਅੰਦਰ ਦੇਖ ਲਿਆ ਤੇ ਪਤਾ ਨਹੀਂ ਕੀ ਤੂਫਾਨ ਆ ਜਾਣਾ। ਤੂੰ ਚੰਗੀ ਤਰ੍ਹਾਂ ਜਾਣਦਾ ਹੈ ਭੂਆ ਜੀ ਨੂੰ, ਉਹਨਾਂ ਨੇ ਸਾਨੂੰ ਦੋਨਾਂ ਨੂੰ ਨਹੀਂ ਛੱਡਣਾ। ਇਸ ਲਈ ਮੈਂ ਤੇਰੇ ਮੂਹਰੇ ਹੱਥ ਬੰਨਦੀ ਹਾਂ ਗੁਰਵੀਰ, ਤੂੰ ਪਲੀਜ਼ ਜਾ ਇੱਥੋਂ, ਪਲੀਜ਼ ਜਾ। ਸਾਰਾ ਕਸੂਰ ਤੇਰਾ ਹੈ ਪਾਵਨੀ, ਸਾਰਾ ਕੁਝ ਤੇਰੇ ਕਰਕੇ ਹੋਇਆ।
पहला तू सारा सारा दिन नूर दे नाल रहिंदी सी। जिस दिन तो उस महाराणी तू बच्चा पैदा करने लैके आई है ना, तो तू नूर वाल ध्यान देना ही छड़ दिता। नहीं नहीं बुआ जी, एहो जी कोई गल नहीं, मैं नूर दा ओना ही ध्यान रखती हूं जिन्ना पहले रखिया करदी सी ना। तो फिर यह सारा कुछ किवें हो गया? जदों घर विच इन्ने मनहूस साए फिरनगे ना, तो मनहूसियत तां फैलनी है। एक गल मेरी कन्न खोल के सुन ला पावनी बहू, जेकर मेरे नूर नूं इस घर दे वारस नूं कुछ हो गया ना, तेरे नाल ओ सारे तेरे मनहूस ते तैनूं वी घरों बाहर सट देंगे। दस रही हां तैनूं मैं, तू नूर दे नाल सी सवेर दी, दस की होया नूर नूं? ये तो बस मैनूं कहानी सुना रहे सी, ते जदे उठिया तां ये डिग पिया। तू खातर रोनी है पुत्र, तू थोड़े ना कुछ गलत कीता। नूर नूर दीदी, इहदे बुल नीले पै रहे ने, मैनूं लगदा इहदा ब्लड प्रेशर लो हो रहा है, सानूं जल्दी तो जल्दी डॉक्टर नूं बुलाना पैना है।